जी हाँ दोस्तों, आज स्टूडियो तो अरनजीत लगेरी तुहाडे नाल जुड़ चुका है। तुहानू सारयां नूं नमस्ते, सत श्री अकाल, अदाब अर्ज, ते बहुत बहुत खुशी दा समय है साडे कोल। अज जिहड़ा असीं तुहाडे सन्मुख होए हैं, एक बहुत ही इंपोर्टेंट साडे गैसट साडे नाल इस वेले साडे विच पहुँचे हुए हैं आज स्टूडियो ते। मैं उन्हां दा जिथे स्वागत करदा हाँ, उस दे नाल नाल मैं तुहानू दसना चाहवांगा कि आज स्टूडियो जिथे कि ਤੁਸੀਂ ਇਹ ਪ੍ਰੋਗਰਾਮ ਦੇਖਦੇ ਰਹਿੰਦੇ ਹੋ ਸਮੇਂ ਦੇ ਸਮੇਂ, ਅਸੀਂ ਬਹੁਤ ਹੀ ਅੱਛੇ ਜਿਹੜੇ ਲੋਕਲ ਸਾਡਾ ਟੈਲੈਂਟ ਹੈਗਾ ਜਾਂ ਜਿਹੜਾ ਇੰਟਰਨੈਸ਼ਨਲ ਟੈਲੈਂਟ ਹੈਗਾ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ। ਅਰਨਜੀਤ ਲਗੇਰੀ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਗੈਸਟ ਜਿਹੜੇ ਸਾਡੇ ਵਿੱਚ ਆਏ ਨੇ, ਅਸੀਂ ਉਹਨਾਂ ਦਾ ਜਿੱਥੇ ਸਵਾਗਤ ਕਰਦੇ ਹਾਂ, ਅਸੀਂ ਉਹਨਾਂ ਦੇ ਬਾਰੇ ਵਿੱਚ ਵੇਰਵਾ ਲਵਾਂਗੇ, ਉਹਨਾਂ ਦੇ ਜਿਹੜੇ ਪ੍ਰੋਗਰਾਮਸ ਹੈਗੇ ਉਹਨਾਂ ਦੇ ਬਾਰੇ ਵਿੱਚ ਅੱਜ ਗੱਲਬਾਤ ਕਰਾਂਗੇ। ਜੀ ਹਾਂ, ਅਮਰਜੀਤ ਸਿੰਘ ਜੀ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਮਰਜੀਤ ਸਿੰਘ ਜੀ। ਥੈਂਕ ਯੂ। ਅੱਜ ਸਟੂਡੀਓ 'ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ ਦੋਸਤੋ, ਅਤੇ ਜਿਹੜੀ ਗੱਲਬਾਤ ਹੋਵੇਗੀ ਉਹ ਤੁਸੀਂ ਦੇਖੋਗੇ ਕਿ ਅਮਰਜੀਤ ਸਿੰਘ ਜੀ ਕਿੰਨੇ ਬਿਜ਼ੀ ਹੋਣ ਦੇ ਬਾਵਜੂਦ ਉਹ ਕਿੰਨਾ ਇੰਟਰਸਟ ਲੈਂਦੇ ਨੇ ਆਰਟਸ ਐਂਡ ਮਿਊਜ਼ਿਕ ਦੇ ਵਿੱਚ। ਉਹਨਾਂ ਦਾ ਜਿਹੜਾ ਇੰਟਰਸਟ ਹੈਗਾ ਉਹ ਕਿਸ ਪੱਧਰ ਤੱਕ ਪਹੁੰਚ ਚੁੱਕਾ ਆ ਕਿ ਉਹ ਇੱਕ ਆਪਣਾ ਬਹੁਤ ਹੀ ਵਧੀਆ ਇੰਸਟੀਟਿਊਟ ਵੀ ਇਸਟੈਬਲਿਸ਼ ਕਰ ਚੁੱਕੇ ਨੇ। ਜੀ ਹਾਂ, ਅਸੀਂ ਇਹਦੇ ਬਾਰੇ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਇਹਨਾਂ ਦੇ ਨੂੰ ਅਸੀਂ ਜਿਹੜਾ ਆਹ ਸਟੂਡੀਓ ਤੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ, ਕਿਉਂਕਿ ਇੰਨਾ ਬਿਜ਼ੀ ਸਕੈਜੂਲ ਹੋਣ ਦੇ ਬਾਵਜੂਦ ਇਹ ਆਪਣਾ ਟਾਈਮ ਕੱਢ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਨੇ। ਅੱਜ ਅਸੀਂ ਇਹਨਾਂ ਦੇ ਨਾਲ ਵਾਰਤਾਲਾਪ ਸ਼ੁਰੂ ਕਰਦੇ ਹਾਂ। ਜੀ ਅਮਰਜੀਤ ਸਿੰਘ ਜੀ, ਮੈਂ ਤੁਹਾਡਾ ਜਿੱਥੇ ਤੁਹਾਨੂੰ ਸਾਰੇ ਜਿਹੜੇ ਸਰੋਤੇ ਆ ਪਹਿਲਾਂ ਹੀ ਜਾਣਦੇ ਨੇ ਕਿ ਤੁਸੀਂ ਬਹੁਤ ਹੀ ਜ਼ਿਆਦਾ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਪਾਰਟੀਸਿਪੇਟ ਕਰ ਚੁੱਕੇ ਹੋ, ਕਹਿਣਾ ਚਾਹੀਦਾ ਹੈ ਕਿ ਰੀਸੈਂਟਲੀ ਅਜੇ ਪਿਛਲੇ ਵੀਕ ਹੀ ਤੁਹਾਡਾ ਪ੍ਰੋਗਰਾਮ ਸੀਗਾ ਜਿਹੜਾ ਤੁਹਾਡਾ ਮਹਿਫਿਲ, ਹਾਂਜੀ, ਗਜ਼ਲ ਫੈਸਟੀਵਲ ਜਿਹੜਾ ਸੀਗਾ ਸੈਂਜੇ ਜੀ ਦਾ, ਉਹਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਇਹ ਮਿਊਜ਼ਿਕ ਜਿਹੜਾ ਪਰਫੋਰਮ ਕੀਤਾ ਹੈਗਾ। ਜੀ ਹਾਂ, ਅਮਰਜੀਤ ਸਿੰਘ ਜੀ ਬਹੁਤ ਵਧੀਆ ਤਬਲਾ ਜਿਹੜਾ ਵਾਦਕ ਨੇ, ਇੱਕ ਤਬਲਾ ਜਿਹੜਾ ਇੰਸਟਰੂਮੈਂਟ ਹੈ ਜਿੰਨਾ ਦੇਖਣੇ ਨੂੰ ਸਿਖਾਲਾ ਲੱਗਦਾ ਆ ਉਹ ਵਜਾਣੇ ਨੂੰ ਮੈਨੂੰ ਲੱਗਦਾ ਉਨਾ ਹੀ ਔਖਾ ਹੋਵੇਗਾ। ਅਤੇ ਤੁਹਾਡਾ ਜਿਹੜਾ ਇੰਟਰਸਟ ਹੈਗਾ, ਪਹਿਲਾਂ ਤਾਂ ਦੋਸਤੋ ਆਪਣੇ ਸਾਡੇ ਸਾਰੇ ਦੋਸਤਾਂ ਨੂੰ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਇੰਟਰਸਟ ਮਿਊਜ਼ਿਕ ਇੰਡਸਟਰੀ ਦੇ ਨਾਲ ਕਦੋਂ ਤੋਂ ਕਿਸ ਤਰ੍ਹਾਂ ਚੱਲਿਆ? ਮਿਊਜ਼ਿਕ ਮੈਂ ਇਹ ਸਮਝਦਾ ਕਿ ਹਰ ਬੰਦਾ ਮਿਊਜ਼ੀਸ਼ੀਅਨ ਹੁੰਦਾ ਬਾਈ ਬੋਰਨ ਜੀ। ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਵੀ ਕੁਦਰਤ ਨੇ, ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਮਿਊਜ਼ੀਸ਼ੀਅਨ ਬਣਾਇਆ, ਅਤੇ ਸਾਡੇ ਅੰਦਰ ਇੱਕ ਚੀਜ਼ ਹੈਗੀ ਜਿਹੜੀ ਧੜਕਦੀ ਰਹਿੰਦੀ ਹੈਗੀ, ਉਹਨੂੰ ਕਹਿੰਦੇ ਆਪਾਂ ਦਿਲ। ਅਤੇ ਦਿਲ ਦੇ ਵਿੱਚ ਜਿੰਨਾ ਚਿਰ ਬੀਟ ਨਾ ਹੋਵੇ ਅਤੇ ਉਹ ਜਿਉਂਦਾ ਨਹੀਂ ਹੁੰਦਾ, ਨਹੀਂ ਹੁੰਦਾ। ਅਤੇ ਉਹ ਪਰਮਾਤਮਾ ਸਾਨੂੰ ਬੀਟ ਦੇ ਕੇ ਭੇਜਦਾ ਹੈਗਾ, ਅਤੇ ਹਰ ਬੰਦਾ ਹੀ ਮਿਊਜ਼ੀਸ਼ੀਅਨ ਹੈਗਾ, ਕੋਈ ਉਹਨੂੰ ਅੱਗੇ ਪਰਸੂ ਕਰ ਪਾਉਂਦਾ, ਕਰ ਲੈਂਦਾ ਹੈਗਾ ਆਪਣੇ ਕੀ ਕਹਿੰਦੇ ਨੇ ਇੰਟਰਸਟ ਦੇ ਤੌਰ 'ਤੇ, ਕੋਈ ਨਹੀਂ ਕਰ ਪਾਉਂਦਾ। ਬਾਕੀ ਸੁਣਨ ਦੇ ਸਾਰੇ ਸ਼ੌਕੀਨ ਹੁੰਦੇ ਹੈਗੇ, ਇੰਟਰਸਟ ਸਾਰਿਆਂ ਨੂੰ ਹੁੰਦਾ, ਸਾਰਿਆਂ ਨੂੰ, ਬਸ ਟਾਈਮਿੰਗ ਜਾਂ ਕਹਿ ਲਓ ਕਿ ਬਈ ਉਹਨਾਂ ਦੇ ਆਪਣੇ ਰੁਝੇਵੇਂ ਦੇ ਕਰਕੇ ਅੱਗੇ ਪਿੱਛੇ ਹੁੰਦੇ ਰਹਿੰਦੇ ਹੈਗੇ, ਅਦਰਵਾਈਜ਼ ਮਿਊਜ਼ੀਸ਼ੀਅਨ ਸਾਰੇ ਹੀ ਹੁੰਦੇ ਹੈਗੇ, ਸਾਰੇ ਹੁੰਦੇ। ਜੀ ਜੀ, ਕੋਈ ਥੋੜ੍ਹਾ ਕੋਈ ਬਹੁਤਾ। ਅਤੇ ਮੈਨੂੰ ਇੱਕ ਬਹੁਤ ਵਧੀਆ ਗੱਲ ਯਾਦ ਆਈ ਕਿ ਪੰਨੀ ਜਸਰਾਜ ਜੀ ਨਾਲ ਇੱਕ ਵਾਰੀ ਬੈਠਾ ਹੋਇਆ ਸੀ ਇੱਥੇ 2002 ਦੀ ਗੱਲ ਹੈਗੀ, ਵੈਨਕੂਵਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀਗਾ। ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਿ ਬਈ ਰੱਬ ਜੀ ਨੂੰ ਪਿਆਰ ਕਰਦਾ ਹੈਗਾ ਉਹਨੂੰ ਸ਼ਰੋਤਾ ਬਣਾ ਦਿੰਦਾ, ਵਾਹ, ਅਤੇ ਜਿਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਉਹਨੂੰ ਫਿਰ ਮਿਊਜ਼ੀਸ਼ੀਅਨ ਬਣਾ ਦਿੰਦਾ। ਕਿਉਂਕਿ ਫਿਰ ਜਿੰਨਾ ਚਿਰ ਰੱਬ ਦੀ ਰਹਿਮਤ ਨਾ ਹੋਵੇ ਅਤੇ ਤੁਸੀਂ ਨਾ ਉਸ ਚੀਜ਼ ਨੂੰ ਕਰ ਨਹੀਂ ਸਕਦੇ, ਤੁਸੀਂ ਨਾ ਉਹਨੂੰ ਸਮਝ ਸਕਦੇ ਨਾ ਤੁਸੀਂ ਕਰ ਸਕਦੇ ਹੋ। ਅਤੇ ਕਈ ਵਾਰੀ ਮੈਂ ਸੋਚਦਾ ਕਿ ਬਈ ਜਦੋਂ ਮਿਊਜ਼ੀਸ਼ੀਅਨ ਮਿਊਜ਼ਿਕ ਪਲੇ ਕਰਦਾ ਹੈਗਾ ਸਟੇਜ 'ਤੇ ਤਾਂ ਉਹ ਕਿੰਨਾ ਅੰਦਰ ਉਹਦੇ ਇੰਟੂ ਹੁੰਦਾ ਹੈਗਾ, ਉਹ ਆਪਣਾ ਜਿਹੜਾ ਉਹਦਾ ਪ੍ਰੋਡਕਸ਼ਨ ਹੈਗਾ ਉਹ ਉੱਤੋਂ ਸਾਰੀ ਚੀਜ਼ ਲੈ ਕੇ ਉਹ ਆਪ ਇੰਜੋਏ ਕਰ ਰਿਹਾ ਹੁੰਦਾ। ਅਤੇ ਜੇ ਉਹ ਆਪ ਇੰਜੋਏ ਇੰਨਾ ਕਰ ਰਿਹਾ ਹੁੰਦਾ, ਸੋਚੋ ਵੀ ਜੇ ਪਬਲਿਕ ਇੰਨਾ ਇੰਜੋਏ ਕਰ ਰਹੀ ਹੁੰਦੀ ਤਾਂ ਉਹ ਕਿੰਨਾ ਇੰਜੋਏ ਕਰ ਰਿਹਾ ਹੋਊਗਾ। ਜੀ, ਸੋ ਜਿਹੜਾ ਮਿਊਜ਼ਿਕ ਦਾ ਜਿਹੜਾ ਤਾਲਮੇਲ ਹੈਗਾ, ਚਲੋ ਜਿਹੜੇ ਸਿੰਗਰ ਨੇ ਉਹ ਆਪਣਾ ਫਰਜ਼ ਅਦਾ ਕਰ ਰਹੇ ਨੇ, ਉਹ ਆਪਣੀ ਜੋਬ ਕਰ ਰਹੇ ਹੁੰਦੇ, ਪਰ ਮੈਂ ਕਈ ਵਾਰੀ ਇਸ ਚੀਜ਼ ਤੋਂ ਬੜਾ ਸਰਪ੍ਰਾਈਜ਼ ਵੀ ਹੁੰਦਾ, ਕਿਉਂਕਿ ਮੈਂ ਵੀ ਉਸ ਮਿਊਜ਼ਿਕ ਨੂੰ ਜਦ ਤੱਕ ਦੋਸਤੋ ਤੁਸੀਂ ਉਹਦੀ ਗਹਿਰਾਈ ਦੇ ਵਿੱਚ ਜਾ ਕੇ ਉਹਦੇ ਨਾਲ ਜੁੜ ਨਹੀਂ ਜਾਂਦੇ ਤਦ ਤੱਕ ਤੁਸੀਂ ਮਿਊਜ਼ਿਕ ਦਾ ਮੇਰਾ ਖਿਆਲ ਆਨੰਦ ਨਹੀਂ ਲੈ ਸਕਦੇ। ਉਹ ਤੁਹਾਨੂੰ ਇੱਕ ਜਿੱਦਾਂ ਕਹਿੰਦੇ ਕਿ ਓਪਰੀ ਜਿਹੜੀ ਝਲਕ ਆ ਦੇਖਣ ਦਾ ਜਿਹੜਾ ਸਵਾਦ ਆ, ਅਤੇ ਅੰਦਰ ਮਿਊਜ਼ਿਕ ਦੇ ਵਿੱਚ ਕਹਿੰਦੇ ਕਿ ਉਹਦੇ ਨਾਲ ਜਿਹੜਾ ਦਿਲ ਨੂੰ ਜੋੜ ਲੈਣਾ ਜਾਂ ਦਿਮਾਗੀ ਤਾਰਾਂ ਜੋੜ ਲੈਣੀਆਂ, ਫਿਰ ਮਿਊਜ਼ਿਕ ਦਾ ਜਿਹੜਾ ਆਨੰਦ ਉਹ ਵੱਖਰਾ ਹੁੰਦਾ ਆ। ਅਤੇ ਮੈਂ ਜਦੋਂ ਇਹਨਾਂ ਦਾ ਜਦੋਂ ਲਾਸਟ ਸ਼ੋਅ ਦੇ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਬੈਠੇ ਸੀ, ਲਾਸਟ ਵੀਕ ਦੀ ਗੱਲ ਹੈ, ਅਤੇ ਇਹਨਾਂ ਦਾ ਜਿਹੜੀ ਤਬਲਾ ਵਾਦਕ ਜਦੋਂ ਇਹ ਕਰ ਰਹੇ ਸੀ, ਤਬਲਾ ਵਜਾ ਰਹੇ ਸੀਗੇ, ਉਹਦੀ ਜਿਹੜੀ ਗੂੰਜ ਸੀਗੀ ਅਤੇ ਇਹਨਾਂ ਦੇ ਜਿਹੜੇ ਹੱਥ ਦੀ ਮੂਵਮੈਂਟ ਸੀਗੀ,
ਬੜੀ ਹੀ ਕਲੋਜ਼ਲੀ ਮੈਂ ਦੇਖ ਰਿਹਾ ਸੀਗਾ ਅਤੇ ਹੋਰ ਵੀ ਮਿਊਜ਼ੀਸ਼ੀਅਨ ਜਿਹੜੇ ਆਰਟਿਸਟ ਸੀਗੇ ਉਹਨਾਂ ਦੀ ਕੋਲੈਬਰੇਸ਼ਨ ਕਿੱਦਾਂ ਹੋ ਰਹੀ ਸੀਗੀ? ਇੱਕ ਕਹਿੰਦੇ ਆ ਕਿ ਜਿੱਦਾਂ ਇੱਕ ਸਮਾਂ ਬੰਦ ਜਿਹਾ ਗਿਆ ਸੀਗਾ ਸੈਂਜੀ ਦੀ ਆਵਾਜ਼ ਦੀ ਉਹਨਾਂ ਦੀ ਗਜ਼ਲ ਦੇ ਵਿੱਚ ਉਹ ਸਮੇਂ ਬੰਦ ਗਿਆ ਸੀਗਾ। ਅਤੇ ਮੈਂ ਕਈ ਵਾਰੀ ਜਿਹੜੀ ਮੇਰਾ ਤੁਹਾਨੂੰ ਕੁਐਸਚਨ ਹੈਗਾ ਕਿ ਕਿੱਦਾਂ ਇਹ ਮਿਊਜ਼ੀਸ਼ੀਅਨ ਜਿਹੜਾ ਗਾਣਾ ਗਾਉਂਦਾ ਹੁੰਦਾ ਉਹਦੇ ਨਾਲ ਤਾਲਮੇਲ ਜਿਹੜਾ ਹੈਗਾ ਇਹ ਕਿੰਨਾ ਕੁ ਇੰਪੋਰਟੈਂਟ ਹੁੰਦਾ ਆ? ਜੇ ਕੋਈ ਵਧੀਆ ਮਿਊਜ਼ੀਸ਼ੀਅਨ ਕਿਸੇ ਨਾਲ ਵਜਾ ਰਿਹਾ ਇਹਦਾ ਮਤਲਬ ਉਹ ਇਕੱਲਾ ਉਹਦਾ ਨਹੀਂ ਹੈਗਾ, ਉਹਦੀ ਸਕਿੱਲ ਤਾਂ ਹੈਗੀ ਜਿਹੜਾ ਉਹਨੇ ਸਿੱਖਿਆ ਹੈਗਾ ਜੀ, ਪਰ ਉਹ ਜਿਹੜਾ ਨਾਲ ਗਾ ਰਿਹਾ ਹੈ ਉਹਦਾ ਵੀ ਉਹਦੇ 'ਚ ਬਹੁਤ ਵੱਡਾ ਹੱਥ ਹੈ ਕਿ ਉਹ ਉਹਦੇ 'ਚੋਂ ਕੁਝ ਕਢਵਾ ਰਿਹਾ। ਜੇ ਮਿਊਜ਼ੀਸ਼ੀਅਨ ਕੁਝ ਵਧੀਆ ਵਜਾ ਰਿਹਾ ਇਹਦਾ ਮਤਲਬ ਉਹ ਵੀ ਵਧੀਆ ਗਾ ਰਿਹਾ ਅਤੇ ਉਹ ਮਿਊਜ਼ੀਸ਼ੀਅਨ ਜਿਹੜੇ ਪਾਰਟੀਸੀਪੈਂਟਸ ਹੈਗੇ ਉਹਦੇ ਵਿੱਚੋਂ ਕੁਝ ਕਢਵਾ ਰਹੇ, ਤਾਂ ਇੱਕ ਦੂਜੇ ਦੇ ਤਾਲਮੇਲ ਨਾਲ, ਪਿਆਰ ਨਾਲ, ਅੰਡਰਸਟੈਂਡਿੰਗ ਨਾਲ ਉਹ ਜਿਹੜਾ ਜਿਹੜੀ ਸਕਿੱਲ ਹੈਗੀ ਹੈ ਉਹ ਇੱਕ ਬਹੁਤ ਵਧੀਆ ਤੌਰ 'ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈਗੀ ਹੈ। ਉਹਦੇ ਵਿੱਚ ਹਰ ਬੰਦਾ ਜੇ ਇੰਜੋਏ ਕਰੇ, ਜੇ ਉਹ ਝੂਮ ਰਿਹਾ ਇਹਦਾ ਮਤਲਬ ਉਸ ਵੇਲੇ ਉਹ ਜਿਹੜਾ ਔਰਾ ਹੈਗਾ ਉਹ ਦੁਨੀਆ ਹੀ ਕੁਛ ਔਰ ਬਣੀ ਹੋਈ ਹੋਏਗੀ। ਜੇ ਨਹੀਂ ਤੇ ਜੇ ਤੁਸੀਂ ਇੰਜੋਏ ਨਹੀਂ ਕਰਦੇ ਉਹ ਵੀ ਪਤਾ ਲੱਗ ਜਾਂਦਾ ਕਿ ਯਾਰ ਚਲੋ ਨਹੀਂ ਇੰਜੋਏ ਹੋ ਰਿਹਾ। ਸੋ ਉਸ ਦਿਨ ਮੇਰੀ ਪੂਰੀ ਬੈਂਡ ਟੀਮ ਸੀ, ਬਿਲਕੁਲ ਇੰਡੀਅਨ ਸਟੈਂਡਰਡ ਟਾਈਮ ਦਾ ਪੂਰਾ ਬੈਂਡ ਸੀ ਜਿਹੜਾ ਕਿ ਸਾਥ ਦੇ ਰਿਹਾ ਸੀਗਾ। ਦੱਸੋ ਕੋਈ ਕਹਿ ਦਈਏ ਕਿ ਜਿੱਦਾਂ ਇੱਕ ਇਕੱਲੇ ਇੱਕ ਸ਼ੋਅ ਦੀ ਅਸੀਂ ਗੱਲ ਨਹੀਂ ਕਰ ਰਹੇ, ਇਹਨਾਂ ਦੇ ਕਿੰਨੇ ਹੀ ਸ਼ੋਅ ਹੋ ਚੁੱਕੇ ਨੇ। ਅਸੀਂ ਹਜੇ ਤੁਹਾਡੇ ਨਾਲ ਅਸੀਂ ਥੋੜ੍ਹੇ ਥੋੜ੍ਹੇ ਇਹਨਾਂ ਦੇ ਨਾਲ ਹੌਲੀ ਹੌਲੀ ਵੇਰਵੇ ਖੋਲਦੇ ਹਾਂ, ਕਿਉਂਕਿ ਜਦੋਂ ਮੈਨੂੰ ਯਾਦ ਹੈ ਜਦੋਂ ਮੁਸ਼ਤਾਰੀ ਬੇਗਮ ਜਿਹੜਾ ਫੈਸਟੀਵਲ ਹੈਗਾ ਉਹਦੇ ਵਿੱਚ ਜਿਹੜਾ ਕੈਸੀਅਸ ਖਾਨ ਜੀ ਦੇ ਨਾਲ ਜਦੋਂ ਪਰਫਾਰਮੈਂਸ ਹੋ ਰਹੀ ਸੀਗੀ, ਐਂਡ ਆਈ ਥਿੰਕ ਇਟ ਇਜ਼ ਡਿਊ ਅਗੇਨ, ਅਤੇ ਉਹ ਜਦੋਂ ਚੱਲ ਰਿਹਾ ਸੀ ਲਾਸਟ ਈਅਰ ਦੀ ਗੱਲ ਹੈ, ਅਤੇ ਉਹਦੇ ਵਿੱਚ ਕਿਸ ਤਰੀਕੇ ਦੀ ਤਾਰਾਂ ਵੱਜ ਰਹੀਆਂ ਸੀਗੀਆਂ ਮਿਊਜ਼ਿਕ ਦੀਆਂ, ਕਿਆ ਆਵਾਜ਼ ਸੀਗੀ, ਕਿਆ ਉੱਥੇ ਦਾ ਜਿਹੜਾ ਮਾਹੌਲ ਸੀਗਾ, ਮੈਂ ਕਹਿੰਦਾ ਕਿ ਜਿਹੜਾ ਦਿਲ ਨਾ ਜਿਹੜਾ ਮੈਂ ਕਹਿੰਦਾ ਕਿ ਬਿਲਕੁਲ ਜੁੜਿਆ ਪਿਆ ਸੀ, ਮਿਊਜ਼ਿਕ ਬਹੁਤ ਇੰਜੋਏ ਹੋ ਰਿਹਾ ਸੀਗਾ। ਅਤੇ ਗੱਲ ਉਹੀ ਆ ਜਾਂਦੀ ਹੈ ਕਿ ਕੋਲੈਬਰੇਸ਼ਨ ਜਿਹੜੀ ਵਿੱਚ ਟੀਮ 'ਚ ਹੈਗੀ ਹੈ, ਮਿਊਜ਼ੀਸ਼ੀਅਨਸ ਦੇ ਵਿੱਚ ਕਹਿ ਲਈਏ, ਗੱਲ ਕਹਿ ਲਈਏ ਕਿ ਜਿਹੜੇ ਆਰਟਿਸਟ ਦੇ ਵਿੱਚ ਹੈਗੀ ਹੈ, ਅਤੇ ਇੰਸਟਰੂਮੈਂਟ ਜਿਹੜੇ ਹੈਗੇ ਆ ਇਹ ਕੋਈ ਵਜਾਉਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਇਹ ਕਹਿ ਦਈਏ ਕਿ ਦੂਰੋਂ ਅਸੀਂ ਬੈਠੇ ਸੀਟਾਂ 'ਤੇ ਸਾਨੂੰ ਲੱਗਦਾ ਕਿ ਬੰਦਾ ਹੱਥ ਵਜਾ ਰਿਹਾ ਕਿ ਤਾਰਾਂ ਵਜਾ ਰਿਹਾ ਹੱਥ ਲਾ ਰਿਹਾ, ਪਰ ਇਹਦੇ ਲਈ ਕਾਫੀ ਮਿਹਨਤ ਅਤੇ ਮੁਸ਼ੱਕਤ ਕਰਨੀ ਪੈਂਦੀ ਹੋਏਗੀ। ਤੁਸੀਂ ਜਿਹੜਾ ਹੈਗਾ ਇਸ ਪ੍ਰੋਫੈਸ਼ਨ ਦੇ ਵਿੱਚ ਇਸ ਸਕਿੱਲ ਦੇ ਵਿੱਚ ਆਉਣ ਤੋਂ ਪਹਿਲਾਂ ਕਿੱਦਾਂ ਕਿਹੜੀ ਤਿਆਰੀ ਕੀਤੀ ਆ, ਕਹਿੰਦੀ ਕਿਹੜੀਆਂ ਟ੍ਰੇਨਿੰਗ ਦਾ ਕਿਹੜਾ ਉਸਤਾਦ ਰੱਖਿਆ ਥੋੜ੍ਹਾ ਜਿਹਾ ਦੋਸਤਾਂ ਨੂੰ? ਜੀ ਦਰਅਸਲ ਮੈਂ ਸਿੱਖਣਾ ਅਤੇ ਗਾਉਣਾ ਚਾਹੁੰਦਾ ਸੀਗਾ, ਐਜ਼ ਏ ਗਾਇਕ ਦੇ ਤੌਰ 'ਤੇ ਮੇਰਾ ਇੰਟਰਸਟ ਸੀਗਾ ਗਾਉਣਾ ਸੀਗਾ ਜੀ, ਪਰ ਮੇਰੇ ਵੱਡੇ ਬ੍ਰਦਰ ਉਹਨਾਂ ਨੂੰ ਬਹੁਤ ਤਬਲੇ ਦਾ ਸ਼ੌਕ ਸੀਗਾ, ਅਤੇ ਉਹ ਕਹਿੰਦੇ ਆ ਕਿ ਅੱਛਾ ਉਹ ਫਿਰ ਉਹਨਾਂ ਨੇ ਟਰਨਿੰਗ ਪੁਆਇੰਟ ਲਿਆ, ਉਹਨਾਂ ਦਾ ਜ਼ਿੰਦਗੀ ਦਾ ਕੁਛ ਅਲੱਗ ਹੋਇਆ ਅਤੇ ਉਹ ਟੀ ਵੀ ਇੰਜੀਨੀਅਰ ਬਣ ਗਏ। ਉਹਨਾਂ ਨੇ ਫਿਰ ਤਬਲਾ ਛੱਡਿਆ, ਕਹਿੰਦਾ ਤਬਲਾ ਮੈਂ ਤਾਂ ਨਹੀਂ ਸਿੱਖਿਆ ਪਰ ਤੁਸੀਂ ਇਹਨੂੰ ਅੱਗੇ ਜਾਰੀ ਰੱਖੋ ਜੀ, ਅਤੇ ਇਸ ਮਤਲਬ ਕਿ ਮੈਂ ਥੋੜ੍ਹਾ ਜ਼ਬਰਦਸਤੀ ਹੀ ਤਬਲਾ ਸਿੱਖਿਆ। ਉਹ ਆਪਣੇ ਉਸਤਾਦ ਸਾਹਿਬ ਕੋਲ ਲੈ ਕੇ ਮੈਨੂੰ ਕਹਿੰਦੇ ਜੀ ਆਪ ਤਬਲਾ ਸਿੱਖੋਗੇ? ਮੈਂ ਕਿਹਾ ਜੀ ਨਹੀਂ। ਕਹਿੰਦਾ ਮੇਰੇ ਭਰਾ ਨੂੰ ਕਹਿੰਦਾ ਵੀ ਫਿਰ ਕਿਉਂ ਲੈ ਕੇ ਆਇਆ ਨਾ ਇਹਨਾਂ ਨੂੰ? ਅਤੇ ਕਹਿੰਦਾ ਨਹੀਂ ਮੈਂ ਚਾਹੁੰਦਾ। ਅਤੇ ਉਸਤਾਦ ਸਾਹਿਬ ਨੇ ਫਿਰ ਮੈਨੂੰ ਲਾਲਚ ਦਿੱਤਾ, ਉਹ ਕਹਿੰਦੇ ਅੱਛਾ ਐਸੇ ਕਰੋ ਥੋੜ੍ਹਾ ਤਬਲਾ ਸਿੱਖ ਜਾਓ, ਗਾਣੇ ਮੇਂ ਹੈਲਪ ਹੋ ਜਾਏਗੀ, ਕਿਉਂਕਿ ਜੇ ਤਾਲ ਦੀ ਨੌਲੇਜ, ਤਾਲ 'ਤੇ ਕਿਉਂਕਿ ਬੰਦੇ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਸਪਾਈਨ ਹੁੰਦੀ, ਬਿਲਕੁਲ ਬਿਲਕੁਲ, ਅਤੇ ਬਿਨਾਂ ਤਾਲ 'ਤੇ ਸੰਗੀਤ ਜਿੱਦਾਂ ਮੁਰਦਾ ਹੁੰਦਾ, ਅਧੂਰਾ ਰਹਿ ਜਾਂਦਾ, ਅਧੂਰਾ ਰਹਿ ਜਾਂਦਾ। ਅਤੇ ਕਹਿੰਦਾ ਜੀ ਥੋੜ੍ਹਾ ਤਬਲਾ ਸਿੱਖ ਲਓ, ਉਸਕੇ ਬਾਅਦ ਗਾਣੇ ਮੇਂ ਅੱਛਾ ਹੈਲਪ ਹੋ ਜਾਏਗੀ। ਅਤੇ ਉਹ ਜਿਹੜਾ ਲਾਲਚ ਦਿੱਤਾ ਕਿ ਥੋੜ੍ਹਾ ਤਬਲਾ ਸਿੱਖੋ, ਉਹ ਥੋੜ੍ਹਾ ਤਬਲਾ ਅੱਜ ਤੱਕ ਪੂਰਾ ਨਹੀਂ ਹੋਇਆ, ਉਹ ਹਾਲੇ ਵੀ ਚੱਲ ਰਿਹਾ ਹੈ, ਕਿਉਂਕਿ ਜਦੋਂ ਕਿਸੇ ਵੀ ਚੀਜ਼ ਦੀ ਕਹਿੰਦੇ ਦੋਸਤੋ ਤਲਬ ਤੁਹਾਨੂੰ ਹੋ ਜਾਂਦੀ ਹੈ, ਤੁਹਾਡੇ ਦਿਲ ਦੇ ਵਿੱਚ ਇੱਕ ਕਹਿੰਦੇ ਆ ਇੱਕ ਚਿੰਗਾਰੀ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਲੈਣਾ ਆ, ਮੈਂ ਇਸ ਚੀਜ਼ ਨੂੰ ਪੂਰਾ ਸਿੱਖ ਲੈਣਾ ਆ। ਅਤੇ ਅਮਰਜੀਤ ਸਿੰਘ ਜੀ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਇੱਕ ਬੜੇ ਹੀ ਟੈਲੈਂਟਡ ਤਬਲਾ ਵਾਦਕ ਨੇ, ਆਪਣਾ ਇੰਸਟੀਟਿਊਟ ਵੀ ਚਲਾ ਰਹੇ ਨੇ, ਬਹੁਤ ਹੀ ਇਹਨਾਂ ਦਾ ਇੰਟਰਸਟ ਹੈਗਾ ਇਸ ਇੰਸਟਰੂਮੈਂਟ ਨੂੰ ਬੱਚਿਆਂ ਨੂੰ ਸਿਖਾਉਣ ਦੇ ਲਈ, ਆਉਣੇ ਵਾਲੀ ਜਨਰੇਸ਼ਨ ਨੂੰ ਸਿਖਾਉਣ ਦੇ ਲਈ। ਅਸੀਂ ਇਹਨਾਂ ਤੋਂ ਪੁੱਛਦੇ ਹਾਂ ਕਿ ਕਿਹੜੇ ਇੰਸਟੀਟਿਊਟ ਦੇ ਰਾਹੀਂ ਇਹ ਬੱਚਿਆਂ ਨਾਲ ਕਨੈਕਟ ਹੁੰਦੇ ਨੇ, ਕਮਿਊਨਿਟੀ ਨਾਲ ਕਨੈਕਟ ਹੁੰਦੇ ਨੇ, ਉਹਦੇ ਬਾਰੇ ਵਿੱਚ ਸਾਨੂੰ ਦੋਸਤਾਂ ਵੇਰਵਾ ਦੇਣ। ਮੈਂ ਤਕਰੀਬਨ 2001 'ਚ ਇੱਥੇ ਆਇਆ ਸੀਗਾ, ਅਤੇ ਮੇਰਾ ਆਪਣਾ ਇੱਕ ਸੁਪਨਾ ਸੀਗਾ, ਜਦ ਮੈਨੂੰ ਇੱਥੇ ਇੱਕ ਇੰਸਟੀਟਿਊਟ ਨੇ ਕਾਲ ਕੀਤਾ ਵੀ ਤੁਸੀਂ ਇੱਥੇ ਆਓ ਅਤੇ ਇੱਥੇ ਬੱਚਿਆਂ ਨੂੰ ਸਿਖਲਾਈ ਦਿਓ। ਐਟ ਦ ਟਾਈਮ ਉਸ ਵੇਲੇ ਮੈਂ ਦਿੱਲੀ ਦੀ ਇੱਕ ਬਹੁਤ ਮਿਊਜ਼ੀਸ਼ੀਅਨ ਦੀ ਫੈਕਲਟੀ ਹੈ, ਦੈਟਸ ਫੈਕਲਟੀ ਆਫ ਮਿਊਜ਼ਿਕ ਐਂਡ ਫਾਈਨ ਆਰਟਸ, ਯੂਨੀਵਰਸਿਟੀ ਆਫ ਦਿੱਲੀ ਦੇ ਵਿੱਚ ਇੱਕ ਫੈਕਲਟੀ ਮਿਊਜ਼ਿਕ ਦੀ, ਉੱਥੇ ਮੈਂ ਕੰਮ ਕਰਦਾ ਸੀਗਾ। ਉੱਥੋਂ ਇਹਨਾਂ ਨੇ ਮੈਨੂੰ ਕਾਲ ਕੀਤਾ ਕਿ ਵੀ ਤੁਸੀਂ ਆਓ ਇੱਥੇ ਸਾਰਾ ਸੈਟਅਪ ਕਰਨਾ ਹੈਗਾ। ਅਤੇ ਮੈਂ ਇੱਕ ਬਹੁਤ ਹੀ ਇੱਕ ਅਲੱਗ ਇੱਕ ਆਪਣੇ ਦਿਮਾਗ 'ਚ ਸੋਚ ਲੈ ਕੇ ਆਇਆ ਸੀ ਕਿ ਜਿਹੜੇ ਵੀ ਹੁਣ ਇੱਥੇ ਤਾਂ ਇੰਡੀਆ ਤਾਂ ਸਿੱਖ ਹੀ ਜਾਣਾ, ਇੱਥੇ ਤਾਂ ਅਵੇਲੇਬਲ ਹੈਗੀ ਹੈਗੀ, ਉੱਥੇ ਜਾਇਆ ਜਾਵੇ ਜਿੱਥੇ ਕਿ ਇਹਦੀ ਜ਼ਿਆਦਾ ਲੋੜ ਹੈਗੀ, ਬਈ ਸਾਡੀ ਜ਼ਿਆਦਾ ਡਿਮਾਂਡ ਹੈਗੀ, ਹਾਂ, ਜਿੱਥੇ ਮੈਂ ਕੁਛ ਹੈਲਪ ਕਰ ਸਕਦਾ। ਅਤੇ ਉਹ ਸੁਪਨਾ ਲੈ ਕੇ ਆਇਆ ਸੀਗਾ, ਅਤੇ ਫਿਰ ਮੈਂ ਇੱਥੇ ਆ ਕੇ ਉਹ ਤਿਆਰੀ ਸ਼ੁਰੂ ਕੀਤੀ, ਉਹ ਸਿੱਖਣਾ ਸ਼ੁਰੂ ਕੀਤਾ ਬੱਚਿਆਂ ਨੂੰ, ਅਤੇ ਗੁਰੂ ਦੀ ਕਿਰਪਾ ਨਾਲ ਕਾਫੀ ਬੱਚੇ ਤਿਆਰ ਵੀ ਹੋਏ ਜਿਹੜੇ ਇਸ ਫੀਲਡ 'ਚ ਵਜਾ ਵੀ ਰਹੇ ਨੇ, ਐਂਡ ਆਏ ਦਿਨ ਕਿਤੇ ਨਾ ਕਿਤੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੀ ਰਹਿੰਦਾ ਹੈਗਾ।
ਐਂਡ ਦੈਨ ਜਦੋਂ ਉਹਨਾਂ ਨੇ 5-7 ਸਾਲ ਸਿੱਖਿਆ, ਫਿਰ ਦਿਮਾਗ 'ਚ ਇੱਕ ਗੱਲ ਆਈ ਕਿ ਇੱਦਾਂ ਦਾ ਇੱਕ ਇੰਸਟੀਟਿਊਟ ਸ਼ੁਰੂ ਕੀਤਾ ਜਾਵੇ ਜਿਹਦੇ ਵਿੱਚ ਹਰ ਤਰੀਕੇ ਦਾ ਗਾਣਾ ਵਜਾਉਣਾ ਮਤਲਬ ਟੀਚ ਕੀਤਾ ਜਾਵੇ। ਅਤੇ ਉਸ ਸੋਚ ਨੂੰ ਮੈਂ ਲੈ ਕੇ ਜਦੋਂ ਤੁਰਿਆ ਅਤੇ ਮੇਰੇ ਨਾਲ ਕੁਝ ਬੰਦੇ ਜੁੜੇ, ਉਹਦੇ ਵਿੱਚ ਡਾਕਟਰ ਬਰੂਸ ਹਾਰਡਿੰਗ, ਉਹ ਫਲੂਟ ਸਿਖਾਉਂਦੇ ਹੈਗੇ, ਸੈਂਡੀ ਖੇਰਾ ਉਹ ਡਰਮ ਸਿਖਾਉਂਦੇ ਨੇ ਆਪਣੇ ਨਾਦ ਦੇ ਇੰਸਟੀਟਿਊਟ 'ਚ, ਕੋਚ ਸੰਧੂ ਗਿਟਾਰ ਸਿਖਾਉਂਦੇ ਹੈਗੇ, ਇੱਕ ਮੇਰੇ ਬਹੁਤ ਅੱਛੇ ਦੋਸਤ ਬਲਜੀਤ ਸਿੰਘ ਜੀ ਦਿਲਬਾ ਵਜਾਉਂਦੇ ਹੈਗੇ ਆਪਣਾ ਟ੍ਰੈਡੀਸ਼ਨਲ ਇੰਸਟਰੂਮੈਂਟ, ਉਹ ਸਿਖਾਉਂਦੇ ਆ, ਮੈਂ ਤਬਲਾ। ਅਤੇ ਉਹ ਮੇਰੀ ਸੋਚ ਉੱਥੇ ਹੀ ਖਤਮ ਨਹੀਂ ਹੋਈ, ਕਿਉਂਕਿ ਸੋਚ ਵੀ ਉਹਦੀ ਦਿੱਤੀ ਹੁੰਦੀ ਹੈਗੀ ਵੀ ਆਪਾਂ ਹੁਣ ਇੰਨੀ ਦੂਰ ਇੱਥੇ ਬੈਠੇ ਹਾਂ ਅਤੇ ਸਿਰਫ ਇੰਡੀਅਨ ਮਿਊਜ਼ਿਕ ਜਾਂ ਪੰਜਾਬੀ ਮਿਊਜ਼ਿਕ ਜਾਂ ਆਪਣਾ ਮਿਊਜ਼ਿਕ ਨਹੀਂ, ਇੱਥੋਂ ਦਾ ਮਿਊਜ਼ਿਕ ਵੀ ਨਾਲ ਰੱਖੀ ਕੈਨੇਡੀਅਨ। ਸੋ ਹਾਂਜੀ, ਸੋ ਵੈਸਟਰਨ ਮਿਊਜ਼ਿਕ ਅਤੇ ਇੰਡੀਅਨ ਮਿਊਜ਼ਿਕ ਦਾ ਉਹ ਇੱਕ ਕੋਲਾਬਰੇਸ਼ਨ ਸ਼ੁਰੂ ਹੋਇਆ, ਉਹਦੀ ਵੀ ਸਿਖਲਾਈ ਸ਼ੁਰੂ ਕੀਤੀ, ਉਹਦੇ ਵੀ ਬੱਚੇ ਹੈਗੇ ਆਪਣੇ ਕੋਲ, ਭਾਵੇਂ ਉਹ ਗਿਟਾਰ ਦੇ ਹੈਗੇ ਜਾਂ ਫਲੂਟ ਦੇ ਹੈਗੇ। ਡਾਕਟਰ ਬਰੂਸ ਹਾਰਡਿੰਗ ਇਜ਼ ਅਮੇਜ਼ਿੰਗ ਆਰਟਿਸਟ, ਕਿ ਉਹ PhD ਹੈਗੇ ਮਿਊਜ਼ਿਕ 'ਚ, ਉਹਨਾਂ ਨੂੰ ਜਿੱਥੇ ਵੈਸਟਰਨ ਮਿਊਜ਼ਿਕ ਦੀ ਅਥਾ ਨੌਲੇਜ ਹੈਗੀ ਹੈ, ਉੱਥੇ ਹੀ ਇੰਡੀਅਨ ਕਲਾਸੀਕਲ ਮਿਊਜ਼ਿਕ ਦੀ ਵੀ ਉਨੀ ਨੌਲੇਜ ਹੈਗੀ, ਰਾਗਾਂ ਦੀ ਨੌਲੇਜ। ਸੋ ਸਾਡੇ ਲਈ ਉਹ ਇੰਨਾ ਈਜ਼ੀ ਹੋ ਗਿਆ। ਸੋ ਅਸੀਂ ਫਿਰ ਸਾਰਿਆਂ ਨੇ ਮਿਲ ਕੇ 5 ਬੰਦਿਆਂ ਨੇ ਕਲਾਸੀਕਲ ਫਿਊਜ਼ਨ ਬੈਂਡ ਬਣਾਇਆ, ਉਹਦਾ ਨਾਮ ਹੈਗਾ ਇੰਡੀਅਨ ਸਟੈਂਡਰਡ ਟਾਈਮ। ਸੋ ਉਹ ਤੁਸੀਂ ਵੱਖ ਵੱਖ ਥਾਂ 'ਤੇ ਤੁਸੀਂ ਦੇਖ ਲਈਏ, ਜਿੱਦਾਂ ਪਿਛਲੀ ਵਾਰੀ ਵੀ ਕੰਪਨੀ ਵੀ ਕਰ ਰਹੇ ਸੀ ਕਿ ਸਾਡਾ ਆਪਣਾ ਪ੍ਰੋਗਰਾਮ, ਅਸੀਂ ਜਦੋਂ ਕੋਈ ਬੁਲਾਉਂਦਾ ਹੈਗਾ ਮੈਨੂੰ ਇਨਵਾਈਟ ਕਰਦਾ ਸੀ, ਉਹ ਵੀ ਪ੍ਰੋਗਰਾਮ ਦਿੰਦੇ। ਅਤੇ ਉਸ ਸੋਚ ਨੂੰ ਲੈ ਕੇ ਫਿਰ ਬੱਚੇ, ਹੁਣ ਬੱਚੇ ਤਿਆਰ ਹੋ ਗਏ, ਹੁਣ ਬੱਚੇ ਕਿੱਥੇ ਪਰਫੋਰਮ ਕਰਨ, ਕਿਉਂਕਿ ਹਰ ਥਾਂ 'ਤੇ ਤੁਸੀਂ ਤਬਲਾ ਸੋਲੋ ਜਾਂ ਕਿਸੇ ਤਰੀਕੇ ਦੀ ਸੋਲੋ ਆਈਟਮ ਤੁਸੀਂ ਪੇਸ਼ ਕਰ ਨਹੀਂ ਸਕਦੇ, ਨਹੀਂ ਕਰ ਸਕਦੇ। ਫਿਰ ਉਸਤਾਦ ਸਾਹਿਬ ਮੇਰੇ 2002 ਚਲੇ ਗਏ, ਉਹਨਾਂ ਯਾਦ 'ਚ ਮੈਂ ਫਿਰ ਨਾਥ ਫੈਸਟੀਵਲ ਸ਼ੁਰੂ ਕੀਤਾ 2006 'ਚ, ਪਹਿਲਾ ਸ਼ੋਅ ਸ਼ੁਰੂ ਹੋਇਆ। ਅਤੇ ਆਪ ਸਾਰਿਆਂ ਨੂੰ ਮੈਂ ਦੱਸਾਂ ਕਿ ਇਹ ਹੁਣ ਸਾਡਾ ਹੁਣ 21 ਮਾਰਚ ਨੂੰ ਇੱਕ ਸ਼ੋਅ ਹੋਣ ਜਾ ਰਿਹਾ, ਉਹ 15ਵਾਂ ਫੈਸਟੀਵਲ ਹੈਗਾ ਨਾਥ ਫੈਸਟੀਵਲ ਹੈਗਾ। ਅਤੇ ਬੱਚਿਆਂ ਨੂੰ ਫਿਰ ਉਸ ਉੱਥੇ ਇੱਕ ਪਲੇਟਫਾਰਮ ਦੇਣ ਦੇ ਤੌਰ 'ਤੇ ਉਹ ਦਿਮਾਗ 'ਚ ਜਿਹੜੀ ਗੱਲ ਆਈ ਸੀ ਉਹ ਸ਼ੁਰੂ ਹੋਈ, ਬੱਚਿਆਂ ਨੂੰ ਪਲੇਟਫਾਰਮ ਦੇਣਾ ਸ਼ੁਰੂ ਹੋਇਆ, ਇੱਥੋਂ ਦੇ ਲੋਕਲ ਆਰਟਿਸਟ ਨੇ ਪਰਫੋਰਮ ਕਰਨਾ ਸ਼ੁਰੂ ਕੀਤਾ, ਅਤੇ ਇੰਡੀਆ ਤੋਂ, ਯੂਰਪ ਤੋਂ, ਅਮੈਰੀਕਾ ਤੋਂ ਵੱਖ ਵੱਖ ਆਰਟਿਸਟ, ਅਲੱਗ ਅਲੱਗ ਹਰ ਤਰੀਕੇ ਦਾ ਤਕਰੀਬਨ ਜਿਹੜਾ ਗਾਣਾ ਵਜਾਉਣਾ ਜਿਹੜੇ ਆਰਟਿਸਟ ਹੈਗੇ ਆਉਣ ਵਾਲੇ, ਭਾਵੇਂ ਕਥਕ ਹੈਗਾ, ਭਾਵੇਂ ਭਰਤਨਾਟਿਅਮ ਹੈਗਾ, ਭਾਵੇਂ ਉਹ ਸੰਤੂਰ ਹੈਗਾ, ਭਾਵੇਂ ਸਰੋਦ ਹੈਗਾ, ਫਲੂਟ ਹੈਗਾ, ਹਰ ਤਰ੍ਹਾਂ ਦਾ ਆਰਟਿਸਟ ਆਪਾਂ ਬੁਲਾ ਕੇ ਬੱਚਿਆਂ ਦੇ ਸਾਹਮਣੇ ਰੂਬਰੂ ਕਰਾਏ, ਤਾਂ ਕਿ ਉਹਨਾਂ ਨੂੰ ਇਹ ਤਮੀਜ਼ ਹੋਵੇ, ਉਹਨਾਂ ਨੂੰ ਸੁਣਨਾ ਆਵੇ, ਕਿਉਂਕਿ ਸੁਣਨਾ ਬਹੁਤ ਔਖਾ, ਬਹੁਤ ਔਖਾ, ਸਹੀ ਗੱਲ ਹੈ। ਮਾਪਿਆਂ ਦੀ ਗੱਲ ਬੱਚੇ ਨਹੀਂ ਸੁਣਦੇ, ਮਤਲਬ ਸਾਨੂੰ ਕੋਈ ਕਹਿ ਦੇਵੇ ਤਾਂ ਸਾਨੂੰ ਲੱਗਦਾ ਕਿ ਯਾਰ ਇਹ ਮੈਨੂੰ ਕਿਉਂ ਕਹਿ ਰਿਹਾ, ਸੁਣਨਾ ਸਭ ਤੋਂ ਔਖਾ ਹੈਗਾ, ਇਸੇ ਕਰਕੇ ਬੰਦਾ ਸਿੱਖ ਨਹੀਂ ਪਾਉਂਦਾ। ਜਿਹੜਾ ਸਿੱਖਣਾ ਚਾਹੁੰਦਾ ਉਹ ਫਿਰ ਮਨ ਮਾਰਦਾ ਕਿ ਨਹੀਂ ਹੁਣ ਮੈਂ ਇਹਨੂੰ ਸੁਣਨਾ, ਉਸਤਾਦ ਨੂੰ ਸੁਣਨਾ ਹੈਗਾ, ਉਹ ਸਿਰਫ ਉਸਤਾਦ ਨੂੰ ਸੁਣਨਾ। ਸੋ ਉਹ ਫਿਰ ਉਹਨਾਂ ਨੂੰ ਬੈਠ ਕੇ ਕਿ ਬਈ ਇਹ ਤਮੀਜ਼ ਹੋਣੀ ਚਾਹੀਦੀ। Saturdays at 1:30 p.m., Alive with Aman brings you important conversations with leaders in our communities. Fridays at 8:30 p.m., join Rasta Mike for a look at African and Caribbean culture through music and community events, presented in English.
ਵੱਡਾ ਕੋਈ ਬਾਹਰੋਂ ਆਵੇ ਤੇ ਕਿੱਦਾਂ ਸੁਣੀਦਾ ਉਹ ਕੱਲਾ ਇੱਥੇ ਨਹੀਂ ਘਰ 'ਚ ਨਹੀਂ ਹੈਗਾ ਉਹ ਬਾਹਰ ਜਦੋਂ ਪਰਫੋਰਮ ਕਰ ਰਿਹਾ ਹੋਵੇ ਉੱਥੇ ਕਿੱਦਾਂ ਹੋਣੀ ਚਾਹੀਦੀ ਉਹਦੀ ਪੇਸ਼ਕਾਰੀ ਕੀ ਹੁੰਦੀ ਹੈ ਕਿਉਂਕਿ ਜਦੋਂ ਬੰਦਾ ਪਰਫੋਰਮ ਕਰੇ ਉਹ ਫਿਰ ਇੱਕ ਅਲੱਗ ਇੱਕ ਤਰੀਕੇ ਦਾ ਐਟਮੋਸਫੇਅਰ ਹੁੰਦਾ ਹੈਗਾ ਸੋ ਉਹ ਇਹ ਸਾਰਾ ਕੁਝ ਸੋਚ ਕੇ ਨਾਦ ਇੰਸਟੀਟਿਊਟ ਆਪਾਂ ਸ਼ੁਰੂ ਕੀਤਾ ਸੀਗਾ ਅਤੇ ਬੰਦੇ ਰਲੇ ਅਤੇ ਬਹੁਤ ਅੱਛੇ ਬੰਦੇ ਰਲੇ ਜਿਹੜੇ ਕਿ ਹਾਲੇ ਤੱਕ ਨਾਲ ਹੀ ਹੈਗੇ ਤੁਹਾਡੇ ਨਾਲ ਨੇ ਕਹਿਣਾ ਚਾਹੀਦਾ ਕਿ ਜਦੋਂ ਵੀ ਕੋਈ ਅੱਛੇ ਕੰਮ ਦੀ ਸ਼ੁਰੂਆਤ ਹੁੰਦੀ ਹੈ ਅੱਛੇ ਕਾਰਜ ਦੀ ਸ਼ੁਰੂਆਤ ਹੁੰਦੀ ਹੈ ਅਤੇ ਪਰਮਾਤਮਾ ਜਿਹੜਾ ਹੈਗਾ ਆਪਣੇ ਆਪ ਹੀ ਜਿਹੜਾ ਤੁਹਾਡੇ ਨਾਲ ਇੱਕ ਵਧੀਆ ਟੀਮ ਜਿਹੜੀ ਹੈ ਤੁਹਾਡੇ ਨਾਲ ਰਲਾ ਦਿੰਦਾ ਹੈਗਾ ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਨਾਲ 3-4 ਹੋਰ ਵੀ ਜਿਹੜੇ ਵੰਡਰਫੁੱਲ ਜਿਹੜੇ ਆਰਟਿਸਟ ਨੇ ਔਰ ਡਿਫਰੈਂਟ ਟਾਈਪਸ ਦੇ ਜਿਹੜੇ ਇੰਸਟਰੂਮੈਂਟਸ ਪਲੇ ਕਰਦੇ ਨੇ ਕਿਉਂਕਿ ਇੰਸਟਰੂਮੈਂਟ ਜਿਹੜੇ ਸਾਜ਼ਾਂ ਦੀ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਕਿ ਮੈਨੂੰ ਤਾਂ ਇਸ ਚੀਜ਼ ਦਾ ਬਿਲਕੁਲ ਗਿਆਨ ਨਹੀਂ ਹੈਗਾ ਪਰ ਜਦੋਂ ਮੈਂ ਸੁਣਦਾ ਹੈਗਾ ਜਿਹੜੀਆਂ ਉਹਦੇ 'ਚੋਂ ਇੱਕ ਕੀ ਕਹਿੰਦੇ ਜਿਹੜੀਆਂ ਤਰੰਗਾਂ ਜਾਗਦੀਆਂ ਹੈਗੀਆਂ ਉਹ ਬਾਹਰ ਆਉਂਦੀਆਂ ਮੰਤਰ ਮੁਗਧ ਕਰ ਦਿੰਦੀਆਂ ਬੰਦੇ ਨੂੰ ਬੰਦੇ ਦਾ ਦਿਲ ਪੂਰਾ ਜਿਹੜਾ ਉਹ ਬਿਲਕੁਲ ਲਾ ਦਿੰਦੀਆਂ ਹੈਗੀਆਂ ਅਤੇ ਇਹ ਜਿਹੜਾ ਹੈਗਾ ਮੈਂ ਤੁਹਾਡੇ ਸ਼ੋਅ 'ਚ ਵੀ ਦੇਖਿਆ ਹੈਗਾ ਤੁਹਾਡੀ ਜਿੰਨੇ ਵੀ ਮੈਨੂੰ ਸ਼ੋਅ ਅਟੈਂਡ ਕਰਨ ਦਾ ਮੌਕਾ ਮਿਲਿਆ ਮੈਂ ਕੀਤਾ ਹੈਗਾ ਦੋਸਤੋ ਜੇ ਤੁਹਾਨੂੰ ਵੀ ਕਦੀ ਅਮਰਜੀਤ ਸਿੰਘ ਜੀ ਦਾ ਜਿੱਥੇ ਵੀ ਸ਼ੋਅ ਹੋ ਰਿਹਾ ਹੋਵੇ ਇਹਨਾਂ ਦੇ ਬੈਂਡ ਦਾ ਜਿਹੜਾ ਨਾਂ ISD ਹੈਗਾ ਅਤੇ ਨਾਦ ਫੈਸਟੀਵਲ ਜਿਹੜਾ ਆਉਣ ਵਾਲਾ ਹੈਗਾ ਮਾਰਚ 21 ਨੂੰ ਤੁਸੀਂ ਉੱਥੇ ਪਹੁੰਚ ਕੇ ਦੇਖ ਸਕਦੇ ਹੋ ਇਹ ਸਰੀ ਆਰਟ ਸੈਂਟਰ ਵਿੱਚ ਹੋਣ ਜਾ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਵਧੀਆ ਮਿਊਜ਼ੀਕਲ ਇੰਸਟਰੂਮੈਂਟਸ ਦਾ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਪੂਰੇ ਤੁਹਾਨੂੰ ਕੈਨੇਡਾ ਲੈਵਲ 'ਤੇ ਇੱਕ ਜਿਹੜਾ ਹੈਗਾ ਬਹੁਤ ਵਧੀਆ ਪ੍ਰੋਗਰਾਮ ਹੈ ਹੋਣ ਜਾ ਰਿਹਾ ਹੈਗਾ ਤੁਹਾਡੇ ਬੱਚਿਆਂ ਦਾ ਇੰਟਰਸਟ ਜਿਹੜਾ ਤੁਹਾਡਾ ਆਪਣਾ ਕਲਾਸੀਕਲ ਸਾਈਡ 'ਤੇ ਇੰਟਰਸਟ ਹੈਗਾ ਆਰਟਸ ਦੇ ਵਿੱਚ ਇੰਟਰਸਟ ਹੈਗਾ ਮਿਊਜ਼ਿਕ ਦੇ ਵਿੱਚ ਇੰਟਰਸਟ ਹੈਗਾ ਕਹਿੰਦਾ ਚਾਹੀਦਾ ਕਿ ਨਾਦ ਜਿਹੜਾ ਇੰਸਟੀਟਿਊਟ ਇਹਨਾਂ ਦਾ ਨਾਂ ਉਹਦੇ ਨਾਦ ਦੇ ਵਿੱਚ ਤੁਹਾਡਾ ਇੰਟਰਸਟ ਹੈਗਾ ਤੁਹਾਨੂੰ ਉੱਥੇ ਪਹੁੰਚਣ ਦੀ ਬਹੁਤ ਬਹੁਤ ਲੋੜ ਹੈ ਮੈਂ ਡਿਟੇਲ 'ਚ ਥੋੜ੍ਹਾ ਜਿਹਾ ਦੱਸਦਾ ਜੀ ਉਸ ਦਿਨ ਬੱਚਿਆਂ ਜਿਹੜੇ ਐਡਵਾਂਸ ਬੱਚੇ ਨੇ ਸਾਡੇ ਨਾਦ ਦੇ ਉਹ ਪਰਫੋਰਮ ਕਰਨਗੇ ਵੋਕਲ ਹੈਗਾ ਉੱਥੇ ਇੰਸਟਰੂਮੈਂਟਲ ਮਿਊਜ਼ਿਕ ਹੋਣਾ ਐਂਡ ਦੈਨ ਇੱਥੋਂ ਦੇ ਬਹੁਤ ਮਸ਼ਹੂਰ ਤਬਲਾ ਨਵਾਜ਼ ਅਤੇ ਸਿੰਗਰ ਕੈਸ਼ੀਅਸ ਖਾਨ ਸਾਹਿਬ ਜਿਹੜੇ ਬੈਗਮ ਫੈਸਟੀਵਲ ਹੀ ਕਰਦੇ ਕੌਣ ਨਹੀਂ ਜਾਣਦਾ ਜੀ ਉਹਨਾਂ ਨੂੰ ਕੈਸ਼ੀਅਸ ਖਾਨ ਜੀ ਨੂੰ ਕੈਸ਼ੀਅਸ ਭਾਈ ਉਹ ਪਰਫੋਰਮ ਕਰਨਗੇ ਕੈਸ਼ੀਅਸ ਭਾਈ ਅਤੇ ਮੇਰਾ ਸਾਡਾ ਡੁਏਟ ਹੈਗਾ ਭਰਾਵਾਂ ਦਾ ਅਤੇ ਉਹਨਾਂ ਦੀ ਵਾਈਫ ਅੰਬਿਕਾ ਜੀ ਬਹੁਤ ਵਧੀਆ ਕਥਕ ਕਰਦੇ ਹੈਗੇ ਅਤੇ ਇੱਕ ਇੱਥੋਂ ਦੇ ਬਹੁਤ ਅੱਛੇ ਇਸਟੈਬਲਿਸ਼ ਡਾਂਸ ਆਰਟਿਸਟ ਕਥਕ ਡਾਂਸ ਆਰਟਿਸਟ ਪ੍ਰਾਜੈਕਟਾ ਜੀ ਉਹਨਾਂ ਦੋਵਾਂ ਦਾ ਡੁਏਟ ਹੋਣਾ ਅਸੀਂ ਵੀ ਚਾਰੋਂ ਵੀ ਪਰਫੋਰਮ ਕਰਾਂਗੇ ਐਂਡ ਬਿਸਾਈਡ ਦੈਟ ਸਾਡਾ ਆਪਣਾ ਬੈਂਡ ਜਿਹੜੀ ਕਿ ਆਪਾਂ ਹੁਣੇ ਗੱਲ ਕਰਦੇ ਸੀ ਇੰਡੀਅਨ ਸਟੈਂਡਰਡ ਟਾਈਮ ਉਹਨਾਂ ਨੇ ਵੀ ਪਰਫੋਰਮ ਕਰਨਾ ਅਤੇ ਇੱਕ ਫਿਨਾਲੇ ਤੁਹਾਡੇ ਸਾਹਮਣੇ ਖੂਬਸੂਰਤ ਛੋਟਾ ਜਿਹਾ ਫਿਨਾਲੇ ਵੀ ਲੈ ਕੇ ਆਵਾਂਗੇ ਜਿਹਦੇ ਜੋ ਸਾਰੇ ਆਰਟਿਸਟ ਪਰਫੋਰਮ ਕਰਨਗੇ ਇਕੱਠੇ ਸੋ ਪਲੀਜ਼ ਆਪਣੀ ਡੇਟ ਨੋਟ ਕਰ ਲਓ ਬਈ 21 ਮਾਰਚ ਨੂੰ ਸਰੀ ਆਰਟ ਸੈਂਟਰ ਦੇ ਵਿੱਚ ਸ਼ਾਮੀ 6 ਵਜੇ ਡੋਰ ਓਪਨ ਹੋਣਗੇ ਅਤੇ ਅਸੀਂ ਸਾਰੇ ਹੀ ਆਪ ਸਾਰਿਆਂ ਦਾ ਇੰਤਜ਼ਾਰ ਕਰਾਂਗੇ ਟਿਕਟ ਬੁੱਕ ਕਰ ਲਿਓ ਬਾਕਸ ਆਫਿਸ 'ਤੇ ਵੀ ਟਿਕਟ ਮਿਲ ਜਾਣੀ ਹੈ ਜੇ ਤੁਸੀਂ ਮੈਨੂੰ ਕਾਲ ਕਰੋਗੇ ਤਾਂ ਮੈਂ ਟਿਕਟ ਲੈ ਕੇ ਹਾਜ਼ਰ ਹੋ ਜਾਵਾਂਗਾ $20 ਦੀ ਟਿਕਟ ਹੈਗੀ ਇਟਸ ਨੋਟ ਦੈਟ ਕੋਸਟਲੀ ਪਰ ਆਓਗੇ ਅਤੇ ਸਾਨੂੰ ਵੀ ਅੱਛਾ ਲੱਗੇਗਾ ਅਤੇ ਸਾਨੂੰ ਤੁਹਾਡੇ ਤੋਂ ਕੁਛ ਸਿੱਖਣ ਨੂੰ ਮੌਕਾ ਮਿਲੇਗਾ ਸਾਨੂੰ ਮਿਲਣਾ ਮੌਕਾ ਕਿ ਅਤੇ ਪਰਫੋਰਮ ਕਰਨ ਦਾ ਮੌਕਾ ਮਿਲਣਾ ਕਿ ਸਾਡਾ ਹੋਰ ਉਤਸ਼ਾਹ ਵਧਣਾ ਕਿ ਇੰਨੀ ਵਧੀਆ ਆਡੀਅੰਸ ਦੇ ਵਿੱਚ ਅਸੀਂ ਹੋਰ ਵਧੀਆ ਤਰੀਕੇ ਨਾਲ ਕਿੱਦਾਂ ਪਰਫੋਰਮ ਕਰ ਸਕਦੇ ਹਾਂ ਆਰਟਸ ਐਂਡ ਮਿਊਜ਼ਿਕ ਦੇ ਵਿੱਚ ਜਦੋਂ ਤੁਹਾਡਾ ਇੰਟਰਸਟ ਮੈਂ ਕਹਿੰਦਾ ਜਦੋਂ ਤੁਸੀਂ ਇਹਨਾਂ ਨੂੰ ਵਜਾਉਂਦੇ ਇਹਨਾਂ ਦੇ ਇੰਸਟਰੂਮੈਂਟਸ ਨੂੰ ਪਲੇ ਕਰਦਾ ਸੁਣੋਗੇ ਕਿ ਤੁਹਾਡਾ ਜਿਹੜੀ ਆਤਮਾ ਜਿਹੜੀ ਹੈ ਕਹਿੰਦੇ ਕਿ ਉਹ ਜੁੜ ਜਾਣੀ ਹੈ ਇਹਨਾਂ ਦੇ ਮਿਊਜ਼ਿਕ ਇੰਸਟਰੂਮੈਂਟਸ ਦੇ ਨਾਲ ਅਤੇ ਬਹੁਤ ਤੁਹਾਡਾ ਦਿਲ ਲੱਗਣਾ ਹੈਗਾ ਜੀ ਹਾਂ ਮੈਂ ਅਮਰਜੀਤ ਸਿੰਘ ਜੀ ਦਾ ਬਹੁਤ
Saturdays at 1:30 p.m., Alive with Aman brings you important conversations with leaders in our communities. Fridays at 8:30 p.m., join Rasta Mike for a look at African and Caribbean culture through music and community events, presented in English. ਕਰਦਾ ਅੱਜ ਸਟੂਡੀਓ ਤੋਂ ਕਿ ਉਹ ਸਾਡੇ ਨਾਲ ਅੱਜ ਜੁੜੇ, ਅੱਜ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੈਗੇ ਆ ਅਤੇ ਉਹਨਾਂ ਨੇ ਸਾਡੇ ਦਰਸ਼ਕਾਂ ਨੂੰ ਦੱਸਿਆ ਹੈਗਾ ਕਿ ਜਿਹੜਾ ਉਹਨਾਂ ਦਾ ਫੈਸਟੀਵਲ ਆਉਣ ਜਾ ਰਿਹਾ ਹੈਗਾ ਉੱਥੇ ਸਾਰਿਆਂ ਨੇ ਪਹੁੰਚਣਾ ਹੈਗਾ, ਨਾਦ ਫੈਸਟੀਵਲ ਜਿਹੜਾ ਹੋਣ ਜਾ ਰਿਹਾ ਹੈਗਾ। ਮੈਂ ਕਹਿਣਾ ਚਾਹਾਂਗਾ ਅਮਰਜੀਤ ਜੀ ਨੂੰ ਕਿ ਇੱਦਾਂ ਦੇ ਜਿਹੜੇ ਫੈਸਟੀਵਲ ਹੈ, ਮੈਨੂੰ ਲੱਗਦਾ ਉਹਨਾਂ ਨੂੰ ਸਾਲ 'ਚ ਇੱਕ ਨਹੀਂ ਦੋ ਕਰਵਾਉਣੇ ਚਾਹੀਦੇ ਨੇ, ਕਿਉਂਕਿ ਤਿੰਨ ਚਾਰ ਫੈਸਟੀਵਲ ਤਿੰਨ ਚਾਰ ਫੈਸਟੀਵਲ ਹੁੰਦੇ ਨੇ। ਸੋਰੀ, ਇੱਥੇ ਤਿੰਨ ਚਾਰ ਫੈਸਟੀਵਲ ਆਲਰੇਡੀ ਕਰਵਾ ਰਹੇ ਨੇ ਜੀ। ਦੂਜਾ ਹੋ ਰਿਹਾ ਹੈਗਾ, ਇੱਕ ਤਾਂ ਹੁਣ ਗਜ਼ਲ ਦਾ ਹੋਇਆ ਹੈਗਾ ਜੀ, ਦੂਜਾ ਹੈਗਾ ਤਾਂ ਇਨ ਫਿਊਚਰ ਆਪਾਂ ਤੋਂ ਇੱਕ ਹੋਰ ਕਰਨਾ। ਵੈਰੀ ਨਾਈਸ, ਕਿਉਂਕਿ ਇਹ ਆਰਟਸ ਐਂਡ ਮਿਊਜ਼ਿਕ ਦੀ ਜਿੱਥੇ ਇਹ ਕਮਿਊਨਿਟੀ ਦੇ ਵਿੱਚ ਘਾਟ ਹੈ, ਮੈਨੂੰ ਲੱਗਦਾ ਗਵਰਨਮੈਂਟ ਨੇ ਵੀ ਇਸ ਨੂੰ ਬਹੁਤ ਰੈਕੋਗਨਾਈਜ਼ ਕੀਤਾ ਹੈ ਕਿ ਸਰੀ ਆਰਟਸ ਐਂਡ ਮਿਊਜ਼ਿਕ ਸੈਂਟਰ ਜਿਹੜਾ ਇੱਥੇ ਹੈਗਾ ਵੀ ਐਸਟੈਬਲਿਸ਼ ਵੀ ਹੈਗਾ ਅਤੇ ਕਾਫੀ ਹੋਰ ਕੋਲੈਬਰੇਸ਼ਨਾਂ ਨਾਲ ਉਹ ਚਾਹੁੰਦੇ ਨੇ। ਸਿਟੀ ਦੇ ਵੱਲੋਂ ਵੀ ਕਾਫੀ ਹੈਲਪ ਮਿਲਦੀ ਹੈਗੀ ਆਲਵੇਜ਼, ਉਹਨਾਂ ਨੇ ਪਿਛਲੇ ਸਾਲ ਸਾਡਾ ਵੀ ਪ੍ਰੋਗਰਾਮ ਵੀ ਕਰਾਇਆ, ਪ੍ਰੋਗਰਾਮ ਵੀ ਕਰਾਇਆ, ਬੈਂਡ ਦਾ ਪ੍ਰੋਗਰਾਮ ਕਰਾਇਆ ਸੀਗਾ। ਜਿਹੜੀ ਟ੍ਰੀਟ ਜਿਹੜੀ ਹੈਗੀ, ਦੀਵਾਲੀ ਦੀ ਟ੍ਰੀਟ ਦੇਣੀ ਸੀਗੀ, ਉਹਨਾਂ ਨੇ ਕਹਿੰਦਾ ਸਾਊਥ ਏਸ਼ੀਅਨ ਬੰਦਿਆਂ ਨੂੰ ਉੱਥੇ, ਉਹ ਇੰਡੀਅਨ, ਸਾਡਾ ਜਿਹੜਾ ਬੈਂਡ ਹੈਗਾ ਉਹ ਮਲਟੀਕਲਚਰਲ ਬੈਂਡ ਹੈਗਾ ਜੀ, ਉਹਦੇ ਵਿੱਚ ਕਲਾਸੀਕਲ ਫਿਊਜ਼ਨ, ਕਲਾਸੀਕਲ ਵੈਸਟਰਨ, ਵੈਸਟਰਨ ਕਲਾਸੀਕਲ, ਉਹ ਅਸੀਂ ਸਾਰਾ ਈਵਨ ਫੋਕ ਮਿਊਜ਼ਿਕ ਵੀ ਲੈ ਕੇ ਆਉਂਦੇ ਹੁੰਦੇ। ਸੋ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਦੀਜ਼ ਆਰ ਦੀ ਸੂਟੇਬਲ ਪਰਸਨਸ ਔਰ ਦਾ ਬੈਂਡ, ਫਿਰ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ। ਆਈ ਥਿੰਕ ਦਿਸ ਇਜ਼ ਵਨ ਆਫ ਦਾ ਸ਼ੋਜ਼ ਟੂ ਵਾਚ ਫੋਰ, ਜਿਹੜਾ ਕਿ ਤੁਸੀਂ ਇੰਜੋਏ ਵੀ ਕਰੋਗੇ, ਬੱਚਿਆਂ ਨਾਲ ਕਰੋਗੇ, ਫੈਮਿਲੀ ਨਾਲ ਕਰੋਗੇ, ਇੱਕ ਇੰਸਟਰੂਮੈਂਟਸ ਜਿੱਥੇ ਕਿ ਵਧੀਆ ਵਧੀਆ ਇੰਸਟਰੂਮੈਂਟਸ ਪਲੇ ਕੀਤੇ ਜਾਣਗੇ, ਇੱਥੇ ਇੱਕ ਫਿਊਜ਼ਨ ਫਿਨਾਲੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਪੂਰਾ। ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਇਸ ਡੇਟ ਨੂੰ ਬੁੱਕ ਕਰ ਲੈਣਾ ਹੈਗਾ, ਉੱਦਣ ਤੁਸੀਂ ਹੋਰ ਕੋਈ ਪ੍ਰੋਗਰਾਮ ਨਹੀਂ ਕਰਨਾ ਹੈਗਾ, ਉੱਦਣ ਸਿਰਫ ਇਹੀ ਪ੍ਰੋਗਰਾਮ ਚੱਲੇਗਾ। ਜੀ ਹਾਂ, ਨਾਦ ਫੈਸਟੀਵਲ। ਅਤੇ ਅਮਰਜੀਤ ਸਿੰਘ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਅੰਤ ਵਿੱਚ ਕੁਝ ਮੈਸੇਜ ਦੇਣਾ ਚਾਹੋਗੇ? ਮੇਰੇ ਵੱਲੋਂ ਰਿਕੁਐਸਟ ਹੈਗੀ ਹੈ ਕਿ ਬਈ ਤੁਸੀਂ ਸਾਰੇ ਆਓ ਅਤੇ ਇਸ ਪ੍ਰੋਗਰਾਮ ਦਾ ਆਨੰਦ ਮਾਣੋ, ਸਾਨੂੰ ਆਸ਼ੀਰਵਾਦ, ਦੁਆਵਾਂ ਦਿਓ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਪਰਫੋਰਮ ਕਰ ਸਕੀਏ। ਅਤੇ ਤੁਸੀਂ ਆਓਗੇ ਤਾਂ ਸਾਡਾ ਉਤਸ਼ਾਹ ਵਧੂਗਾ ਅਤੇ ਸਾਨੂੰ ਵਧੀਆ ਲੱਗੇਗਾ। ਮੈਂ ਐਂਡ ਦੇ ਵਿੱਚ ਆਪਣੇ ਆਹ ਜਿਹੜਾ ਮੀਡੀਆ ਹੈਗਾ, ਟੈਲੀਵਿਜ਼ਨ ਹੈਗਾ, ਸੁੱਖੀ ਭਾਜੀ, ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਹਾਨੂੰ ਤੁਸੀਂ ਆਪਣੇ ਸਟੂਡੀਓ 'ਚ ਮੈਨੂੰ ਆ ਕੇ ਇੱਥੇ ਇਸ ਗੱਲ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ। ਐਂਡ ਉਹ ਇਹ ਤਾਂ ਅੱਜ ਦੀ ਗੱਲ ਨਹੀਂ ਹੈਗੀ, ਸੁੱਖੀ ਭਾਜੀ ਤਾਂ ਹਮੇਸ਼ਾ ਨਾਲ ਹੀ ਰਹਿੰਦੇ ਹੈਗੇ ਅਤੇ ਹਮੇਸ਼ਾ ਕਹਿੰਦੇ ਕਿ ਜਦੋਂ ਜ਼ਰੂਰਤ ਹੋਵੇ ਉਹਨਾਂ ਦੇ ਡੋਰ ਸਾਡੇ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹੈਗੇ। ਮੈਂ ਉਸ ਚੀਜ਼ ਨੂੰ ਸਿਰ ਮੱਥੇ 'ਤੇ ਰੱਖਦਾ ਹੁੰਦਾ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਆਪ ਸਾਰਿਆਂ ਦਾ ਕਿ ਆਪਣੇ ਟਾਈਮ ਦਿੱਤਾ ਐਂਡ ਸਪਰੈਡਿੰਗ ਦ ਵਰਡਸ ਫੋਰ ਦੀ ਨਾਦ ਫੈਸਟੀਵਲ। ਥੈਂਕ ਯੂ। ਜੀ ਹਾਂ ਦੋਸਤੋ, ਅੱਜ ਸਟੂਡੀਓ 'ਤੇ ਅਰਿਜੀਤ ਲਗੇਰੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਨਾਲ ਅਮਰਜੀਤ ਸਿੰਘ ਜੀ ਦੀ ਇੰਟਰੋਡਕਸ਼ਨ ਜਿਹੜੀ ਹੈਗੀ ਆ, ਇੱਕ ਵਾਰੀ ਕਹਿੰਦੇ ਕਿ ਇੰਟਰੋਡਕਸ਼ਨ ਕਹਿ ਦਈਏ ਕਿ ਉਹਨਾਂ ਦੇ ਸ਼ੋਅ ਦੀ ਇੰਟਰੋਡਕਸ਼ਨ ਕਹਿ ਦਈਏ ਕਿ ਉਹਨਾਂ ਦਾ ਜਿਹੜਾ ਵੇਰਵਾ ਉਹਦੀ ਇੰਟਰੋਡਕਸ਼ਨ ਅੱਜ ਤੁਹਾਡੇ ਨਾਲ ਹੋਈ ਹੈਗੀ ਹੈ, ਇੱਕ ਵਾਰ ਫਿਰ ਜੇ
ਜਿਹੜੇ ਅਮਰਜੀਤ ਸਿੰਘ ਜੀ ਦੀ ਤਬਲੇ ਦੀ ਗੱਲ ਕਰ ਲਈਏ, ਮੈਂ ਉਹਦੇ ਨਾਲ ਖਾਸ ਜਿਹੜਾ ਮੇਰਾ ਦਿਲ ਜੁੜਿਆ ਰਹਿੰਦਾ ਆ, ਅਤੇ ਮੈਂ ਨੋਟ ਕਰਦਾ ਕਿ ਆਉਣ ਵਾਲੇ ਫੈਸਟੀਵਲ ਜਦੋਂ ਵੀ ਹੋਣਗੇ ਮੇਰੀ ਪ੍ਰੈਜੈਂਸ ਉੱਥੇ ਜ਼ਰੂਰ ਹੋਊਗੀ ਦੋਸਤੋ। ਤਾਂ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਵੀ ਉੱਥੇ ਪਹੁੰਚੋ। ਸਾਰਿਆਂ ਨੂੰ ਹੀ ਜਿਹੜਾ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਅਦਾਵਰ, ਸਲਾਮ, ਸਤਿ ਸ਼੍ਰੀ ਅਕਾਲ।